ਜੀ ਤੁਸੀਂ ਮੇਰੇ ਨਾਲ ਸੰਗਰੂਰ ਦਾ ਸਫ਼ਰ ਕਰ ਰਹੇ ਹੋ ਔਰ ਸੰਗਰੂਰ ਵਰਗੀ ਸੋਹਣੀ ਜਿਹੀ ਸਿਟੀ ਦੇ ਵਿੱਚ ਤੁਹਾਡਾ ਵੀ ਦਿਲ ਕਰਦਾ ਹੋਣਾ ਹੈ ਕਿ ਸਾਡਾ ਵੀ ਇੱਥੇ ਇੱਕ ਸੁਪਨਿਆਂ ਦਾ ਆਸ਼ਿਆਨਾ ਹੋਵੇ ਅਤੇ ਮੈਂ ਤੁਹਾਨੂੰ ਦੱਸਦਾ ਜੀ ਮੈਂ ਤੁਹਾਨੂੰ ਲੈ ਆਈ ਹਾਂ ਹੁਣ ਤੁਹਾਡੇ ਸੁਪਨਿਆਂ ਦੇ ਆਸ਼ਿਆਨੇ ਦੇ ਕੋਲ ਬਿਲਕੁਲ ਜੀ ਸੰਗਰੂਰ ਦੇ ਇੱਕ ਬਿਹਤਰੀਨ ਕਲੋਨੀ ਪਾਮ ਸਿਟੀ ਜਿਹੜੀ ਕਿ ਹੈ ਨੀਅਰ ਸੁਨਾਮ ਰੋਡ ਸੰਗਰੂਰ ਦੇ ਵਿੱਚ ਅਤੇ ਬਾਕੀ ਬਹੁਤ ਕੁਛ ਖਾਸ ਹੈ ਇਸ ਪਾਮ ਸਿਟੀ ਦੇ ਵਿੱਚ ਅਤੇ ਚੱਲਦੇ ਹਾਂ ਅੰਦਰ ਦੇਖਦੇ ਹਾਂ ਜੀ ਬਿਲਕੁਲ ਸਟਾਰਟਿੰਗ ਦੇ ਤੁਹਾਨੂੰ ਇੱਕ ਚੈੱਕ ਪੋਸਟ ਮਿਲੇਗੀ ਸਿਕਿਉਰਟੀ ਗਾਰਡ ਮਿਲੇਗਾ ਜਿਹੜਾ ਕਿ ਤੁਹਾਡੀ ਐਂਟਰੀ ਕਰਵਾਏਗਾ ਔਰ ਵਿਦਾਊਟ ਐਂਟਰੀ ਔਰ ਵਿਦਾਊਟ ਡਾਟਾ ਤੁਸੀਂ ਅੰਦਰ ਐਂਟਰ ਨਹੀਂ ਕਰ ਸਕਦੇ ਬਿਕੋਜ਼ ਤੁਹਾਡੀ ਸਿਕਿਉਰਟੀ ਦਾ ਮਾਮਲਾ ਆ ਔਰ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਜਾਣ ਪਿੱਛੋਂ ਤੁਹਾਡਾ ਪਰਿਵਾਰ ਜਿਹੜਾ ਸਿਕਿਓਰ ਰਹੇ ਤਾਂ ਪਾਮ ਸਿਟੀ ਤੁਹਾਡੇ ਲਈ ਬੈਸਟ ਆਪਸ਼ਨ ਹੈ ਪਾਮ ਸਿਟੀ ਦੀ ਖਾਸੀਅਤ ਦੀ ਗੱਲ ਕਰਾਂ ਤਾਂ ਤੁਹਾਨੂੰ ਇੱਥੇ ਇਲੈਕਟ੍ਰੀਸਿਟੀ ਵਾਟਰ ਸਪਲਾਈ ਔਰ ਅੱਛੀ ਟੈਕਨੀਕ ਦਾ ਸੀਵਰੇਜ ਸਿਸਟਮ ਵੀ ਅਵੇਲੇਬਲ ਮਿਲੇਗਾ ਔਰ ਨਾਲ ਹੀ ਨਾਲ ਤੁਹਾਨੂੰ 45 ਫੁੱਟ ਦੀਆਂ ਚੌੜੀਆਂ ਸੜਕਾਂ ਵੀ ਮਿਲਣਗੀਆਂ ਜਿਹੜੀਆਂ ਕਿ ਪਾਮ ਸਿਟੀ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੀਆਂ ਨੇ ਪਾਮ ਸਿਟੀ ਦੇ ਵਿੱਚ ਜੇ ਮੈਂ ਘਰਾਂ ਦੀ ਗੱਲ ਕਰਾਂ ਤਾਂ ਸਾਰੇ ਪਲੋਟਸ ਜਿਹੜੇ ਨੇ ਇਕੁਅਲੀ ਕੱਟੇ ਗਏ ਨੇ ਔਰ ਸਾਰੇ ਘਰ ਤੁਹਾਨੂੰ ਇਕੁਅਲੀ ਹੀ ਨਜ਼ਰ ਆਉਣਗੇ ਔਰ ਅਗਰ ਤੁਸੀਂ ਆਪਣਾ ਘਰ ਨਹੀਂ ਬਣਾ ਸਕਦੇ ਜਾਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਹਾਡਾ ਘਰ ਜਿਹੜਾ ਆ ਉਹ ਪਾਮ ਸਿਟੀ ਵੱਲੋਂ ਬੜਾ ਬਣਾਇਆ ਜਾਂ ਫਿਰ ਰੈਡੀ ਕਰਕੇ ਵੀ ਤੁਹਾਨੂੰ ਦਿੱਤਾ ਜਾਏਗਾ ਔਰ ਤੁਸੀਂ ਇੱਥੇ ਗ੍ਰੀਨਰੀ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਆ ਸ਼ਾਂਤੀ ਦਾ ਮਾਹੌਲ ਵੀ ਪਾ ਸਕਦੇ ਹੋ ਫੁੱਡ ਅਪਰੂਵਡ ਹੋਣ ਦੇ ਨਾਲ ਨਾਲ ਜੀ ਪਾਮ ਸਿਟੀ ਤੁਹਾਨੂੰ ਦੇ ਰਹੀ ਹੈ ਫਾਈਨੈਂਸ ਦੀ ਫੈਸਿਲਿਟੀ ਵੀ ਜੀ ਬਿਲਕੁਲ ਇਹਨਾਂ ਦੇ ਸਾਰੀਆਂ ਬੈਂਕਸ ਦੇ ਨਾਲ ਟਾਈਅਪ ਹੈਗੇ ਨੇ ਅਗਰ ਤੁਸੀਂ ਇੱਕਦਮ ਸਾਰਾ ਕੈਸ਼ ਨਹੀਂ ਦੇ ਸਕਦੇ ਹੋ ਤਾਂ ਤੁਸੀਂ ਲੋਨ ਦੀ ਫੈਸਿਲਿਟੀ ਵੀ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਸਰ ਜੀ ਅਸੀਂ ਪਾਮ ਸਿਟੀ ਦੇ ਰਿਵਿਊ ਜਾਣਨ ਵਾਸਤੇ ਤੁਹਾਡੇ ਕੋਲ ਆਏ ਹਾਂ ਸੋਰੀ ਤੁਹਾਡਾ ਥੋੜ੍ਹਾ ਜਿਹਾ ਟਾਈਮ ਲਵਾਂਗੇ ਤੁਸੀਂ ਇੱਥੇ ਆ ਜਾਓ ਅੱਗੇ ਮੇਰੇ ਨਾਲ ਅਤੇ ਸਰ ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਕਿ ਤੁਸੀਂ ਪਾਮ ਸਿਟੀ ਦੇ ਵਿੱਚ ਕਦੋਂ ਤੋਂ ਰਹਿ ਰਹੇ ਹੋ ਪਿਛਲੇ 2 ਮਹੀਨੇ ਤੋਂ ਰਹਿ ਰਹੇ ਮੈਂ ਅਤੇ ਜਦੋਂ ਤੁਸੀਂ ਇਸ ਘਰ ਨੂੰ ਖਰੀਦਣਾ ਸੀਗਾ ਉਸ ਤੋਂ ਪਹਿਲਾਂ ਮੈਨੇਜਮੈਂਟ ਨੇ ਜੋ ਵੀ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਔਰ ਘਰ ਖਰੀਦਣ ਤੋਂ ਬਾਅਦ ਉਹ ਸਾਰੇ ਵਾਅਦੇ ਪੂਰੇ ਹੋਏ ਨੇ ਜੋ ਉਹਨਾਂ ਨੇ ਕਿਹਾ ਸੀ ਬਿਲਕੁਲ ਸਾਰੇ ਵਾਅਦੇ ਪੂਰੇ ਕੀਤੇ ਨੇ ਇਹਨਾਂ ਨੇ ਅਤੇ ਅਗਰ ਮੈਂ ਜੇ ਗੱਲ ਕਰਾਂ ਪੂਰੀ ਪਾਮ ਸਿਟੀ ਕਲੋਨੀ ਦੀ ਉਹਦੀ ਓਵਰਆਲ ਰਿਵਿਊ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਸਾਨੂੰ ਤਾਂ ਬਹੁਤ ਵਧੀਆ ਸਾਡਾ ਬਹੁਤ ਦਿਲ ਲੱਗਿਆ ਹੋਇਆ ਇੱਥੇ ਤੇ ਪਾਰਕਸ ਦਾ ਗ੍ਰੀਨਰੀ ਦਾ ਮਾਹੌਲ ਕਿੱਦਾਂ ਦਾ ਹੈਗਾ ਆ ਸੇਫ ਐਂਡ ਸਿਕਿਉਰਿਟੀ ਦੇ ਪਰਪਸ ਨਾਲ ਕਿੱਦਾਂ ਦਾ ਹੈ ਸੇਫ ਐਂਡ ਸਿਕਿਉਰਿਟੀ ਵੱਲੋਂ ਬਹੁਤ ਵਧੀਆ ਚੀਜ਼ ਹੈ ਜੀ ਸਿਕਿਉਰਿਟੀ ਗਾਰਡ ਬਾਹਰ ਬੈਠਾ ਹੈ ਕੈਮਰੇ ਲੱਗੇ ਹੋਏ ਨੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਬਹੁਤ ਅੱਛਾ ਮਾਹੌਲ ਹੈ ਜੀ ਜੇਕਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਕਿ ਆਪਣਾ ਘਰ ਬਣਾ ਸਕੋ ਤਾਂ ਮੈਂ ਤੁਹਾਨੂੰ ਦੱਸਦਾ ਜੀ ਪਾਮ ਸਿਟੀ ਦੀ ਮੈਨੇਜਮੈਂਟ ਤੁਹਾਨੂੰ ਇਸ ਚੀਜ਼ ਦੀ ਫੈਸਿਲਿਟੀ ਵੀ ਦੇ ਰਹੀ ਹੈ ਕਿ ਉਹ ਘਰ ਤੁਹਾਨੂੰ ਪੂਰਾ ਵੈਲ ਫਰਨਿਸ਼ਡ ਔਰ ਵਧੀਆ ਮਟੀਰੀਅਲ ਦੇ ਨਾਲ ਬਣਾ ਕੇ ਪ੍ਰੋਵਾਈਡ ਕਰਵਾਏਗੀ ਜੀ ਮੈਂ ਜੁੜ ਚੁੱਕੀ ਹਾਂ ਪਾਮ ਸਿਟੀ ਦੀ ਮੈਨੇਜਮੈਂਟ ਟੀਮ ਦੇ ਨਾਲ ਮਿਸਟਰ ਸੁਰਿੰਦਰਪਾਲ ਸੁਬੀਆ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਇੰਨੀ ਖੂਬਸੂਰਤ ਜੀ ਸਿਟੀ ਪਾਮ ਸਿਟੀ ਨੂੰ ਸੰਗਰੂਰ ਦੇ ਵਿੱਚ ਇੰਟਰੋਡਿਊਸ ਕਰਵਾਇਆ ਕਦੋਂ ਤੁਸੀਂ ਆਪਣੀਆਂ ਸਰਵਿਸਿਜ਼ ਦੇ ਰਹੇ ਹੋ ਸਾਨੂੰ 2013 ਦੇ ਵਿੱਚੋਂ ਟਾਊਨ ਪਲੈਨਿੰਗ ਉਸ ਤੋਂ ਜਿਹੜਾ ਸੀ ਕਲੋਨੀ ਦੇ ਲਈ ਉਹ ਮਿਲ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਰਿਕੁਆਇਰਮੈਂਟ ਸੀ ਕਲੋਨੀ ਦੀ ਇਟ ਵਾਜ਼ ਏ ਰੈਰਾ ਦੀਆਂ ਜਿਹੜੀਆਂ ਅਪਰੂਵਲ ਸੀ ਨੌ ਇਹ ਜਿਹੜੀ ਕਲੋਨੀ ਹੈ ਰੈਰਾ ਵੱਲੋਂ ਅਪਰੂਵਡ ਹੈ ਅਤੇ ਮੇਰਾ ਇੱਕ ਬੜਾ ਸੁਪਨਾ ਸੀ ਸ਼ਹਿਰ ਦੇ ਵਿੱਚ ਜਿਹੜਾ ਸੰਗਰੂਰ ਸ਼ਹਿਰ ਕਦੇ ਬਾਗਾਂ ਦਾ ਸ਼ਹਿਰ ਕਹਿਲਾਉਂਦਾ ਸੀ ਅੱਜ ਉਹਦੀ ਉਹ ਜਿਸ ਦੀ ਸਿਰਫ ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਬਾਹਰੋਂ ਵੀ ਲੋਕ ਆਉਂਦੇ ਸੀ ਇਹਦੀ ਖੂਬਸੂਰਤੀ ਨੂੰ ਦੇਖ ਕੇ ਮਦਹੋਸ਼ ਹੋ ਜਾਂਦੇ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਵੀ ਉਹ ਜਿਹੜੀ ਖੂਬਸੂਰਤੀ ਗ੍ਰੀਨਰੀ ਗਾਰਡਨਰ ਸੀ ਜਿਹੜੇ ਉਹ ਸਾਰੇ ਦੇ ਸਾਰੇ ਖਤਮ ਹੁੰਦੇ ਜਾਂਦੇ ਇਹ ਕਲੋਨੀ ਅਸੀਂ ਇਸ ਹਿਸਾਬ ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀ ਦੂਸਰੀ ਇੱਕ ਵੱਡੀ ਗੱਲ ਬਹੁਤ ਵੱਡੀ ਜਿਹੜੀ ਸਮੱਸਿਆ ਹੁੰਦੀ ਹੈ ਕਲੋਨੀ ਦੇ ਵਿੱਚ ਜਿਹੜੀਆਂ ਕਲੋਨੀਆਂ ਉਹ ਇਹੋ ਜਿਹੀਆਂ ਸੜਕਾਂ ਦੇ ਉੱਪਰ ਹੁੰਦੀਆਂ ਜਿੱਥੇ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੁੰਦਾ ਕਿ ਵੀ ਸ਼ਾਮ ਨੂੰ ਕੋਈ ਦੇਰ ਹੋਏ ਕਿਸੇ ਨੇ ਸਕੂਟਰ ਮੋਟਰਸਾਈਕਲ 'ਤੇ ਘਰ ਦੇ ਵਿੱਚੋਂ ਆਉਣਾ ਹੋਵੇ ਅਤੇ ਪਿੱਛੇ ਘਰ ਵਾਲਿਆਂ ਨੂੰ ਚਿੰਤਾ ਹੀ ਲੱਗੀ ਰਹਿੰਦੀ ਹੈ ਇੰਨੀ ਜ਼ਿਆਦਾ ਕਰਾਊਡਡ ਹੋ ਚੁੱਕੀਆਂ ਨੇ ਰੋਡਸ ਇਹ ਜਿਹੜੀ ਸਾਡੀ ਕੋਲਨੀ ਹੈ ਇਹ ਸੰਗਰੂਰ ਸੁਨਾਮ ਰੋਡ ਦੇ ਉੱਪਰ ਹੈ ਬੜੀ ਖੁੱਲ੍ਹੀ ਅਤੇ ਚੌੜੀ ਸੜਕ ਹੈ ਤੁਸੀਂ ਦੇਖ ਹੀ ਚੁੱਕੇ ਹੋ ਟ੍ਰੈਫਿਕ ਵੀ ਉਰੇ ਬਹੁਤ ਜਿਹੜਾ ਹੈ
ਘੱਟ ਹੈ। ਸਰ ਮੇਰਾ ਲਾਸਟ ਸਵਾਲ ਇਹ ਹੈ ਕਿ ਅਗਰ ਜਦੋਂ ਕਸਟਮਰ ਇੱਕ ਘਰ ਖਰੀਦਦਾ ਹੈ ਅਤੇ ਉਸਦੇ ਕੋਲ ਉਹ ਐਟ ਏ ਟਾਈਮ ਜਿਹੜਾ ਕੈਸ਼ ਨਹੀਂ ਅਵੇਲੇਬਲ ਹੁੰਦਾ, ਅਤੇ ਤੁਹਾਡੀ ਕੋਈ ਮੈਨੇਜਮੈਂਟ ਟੀਮ ਕੋਈ ਫਾਈਨੈਂਸ ਦੀ ਫੈਸਿਲਿਟੀ ਪ੍ਰੋਵਾਈਡ ਕਰਵਾ ਰਹੀ ਹੈ? ਹਾਂਜੀ, ਉਸ ਦੇ ਲਈ ਅਸੀਂ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਸਾਡਾ ਕੰਟਰੈਕਟ ਹੈ, ਕੋਈ ਕਿਸੇ ਨੇ ਵੀ ਅਗਰ ਆਪਣੇ ਉਸ ਦੇ ਲਈ ਇਹ ਲੈਣਾ ਹੋਵੇ, ਲੋਨ ਲੈਣਾ ਹੋਵੇ। ਅਤੇ ਦੂਸਰਾ ਪੰਜਾਬ ਨੈਸ਼ਨਲ ਬੈਂਕ ਜਿਹੜਾ ਹੁਣ ਤਾਂ ਵੈਸੇ ਉਹ ਵੀ ਮਰਜ਼ੀ ਹੋ ਚੁੱਕੇ ਹੈ, SBI ਸਭ ਤੋਂ ਵੱਡਾ ਬੈਂਕ ਹੈ, ਉਹਨਾਂ ਨਾਲ ਸਾਡੀ ਟਾਈ ਅਪ ਹੈ, ਕਿਉਂਕਿ ਕਿਸੇ ਵੀ ਜੇ ਕਸਟਮਰ ਨੂੰ ਕੋਈ ਇਹੋ ਜਿਹੀ ਲੋਨ ਵਗੈਰਾ ਦੀ ਸਮੱਸਿਆ ਹੋਵੇ ਤਾਂ ਉਹ ਵੀ ਅਸੀਂ ਆਪਦੇ ਵੱਲੋਂ ਬੈਂਕ ਦੇ ਨਾਲ ਗੱਲ ਕਰਕੇ ਸਾਰੇ ਪੂਰੀ ਕਰਵਾਉਂਦੇ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਇੰਨਾ ਪ੍ਰੀਸ਼ੀਅਸ ਟਾਈਮ ਜਿਹੜਾ ਸਾਨੂੰ ਦਿੱਤਾ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਸਾਡਾ ਸਫ਼ਰ ਸੀ ਜੀ ਪਾਮ ਸਿਟੀ ਸੰਗਰੂਰ ਦਾ। ਅਗਰ ਤੁਸੀਂ ਵੀ ਆਪਣਾ ਘਰ ਇੱਥੇ ਲੈਣਾ ਚਾਹੁੰਦੇ ਹੋ ਤਾਂ ਨੀਚੇ ਲਿਖੇ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਬਾਕੀ ਸਾਡਾ ਸਫ਼ਰ ਇੱਦਾਂ ਹੀ ਚੱਲਦਾ ਰਹੇਗਾ, ਬਣੇ ਰਹੋ ਮੇਰੇ ਨਾਲ।